बिस्मिल्लाहिर्रहमानिर्रहीम अस्सलाम वालेकुम की हाल चाल है भाई साहब ठीक ठाक हो ना। अज का मजेदार जिहा व्लॉग करना स्टार्ट जैसे तुम सारे पता कि मैं आया हाँ बहावलपुर फुफो जी होना ईद दिन तो ईद ही मैं देख रही जे तो अच्छ नती हज़ार होता जे तो की पता कल ईद होइए तो अच्छ फिर मैं चला जा नानी जोड़ों को क्योंकि मैं ईद नानी जोड़ों को करनी है। मैं नानी जोड़ों को कह के आया हाँ कि मैं ईद से ढे को आ जाऊँगा। पैकिंग कंप्लीट हो गई जे बस एक अद्धा सूट ही बहार वो बैग च पा लिया हूँ असं वापस चले जे बहावलपुर तू तो अपने कदर मिलन लगे जे सारा पहला साकब जो भी उन्हें दो दिन ही रोक जाए ड्राप कर जाना है मिल के गिफ्ट जो मेनु फुफो जोड़ा दिता जे ईदी दी चीज जी मेनू तुहानू मैं उत्थे जाके वहावांगा फिलहाल हुण पैक ते मैं नहीं चाहता कि मैं पैकिंग खोला ते हुण चलिए दूसरी फुफो घर भाई सफियान होड़ी भी उत्थे ने उन्हां नाल लैणे आ ते फिर जावांगे बस स्टैंड च दूसरी फुफो घर ही पहुँच गए तो हम इतने सारे मिलने तो फिर जाने बस स्टैंड से मतलब पट्टी भी इतनी जी वालेकुम सलाम मेरी फुफो की तीज बहुता चंगा सफर करो चलो भी सफर पहला बस स्टैंड तक मोटरसाइकिल जाना फिर अगू बस से हाड़ा रोता ना शायद बस से खुल जाए तो बस रफ्तारी वास्ते सरदाई ले जाए रो दे खुल लगे सरदाई पियाँगे पट्टी खुले खर्चे करने ने अज अज अपने पलियों रफ्तारी है अपने पलियों पहली रफ्तारी है अड्डी बस ने अज एडे पहुँच गए बस विच बह गए जे सीटा लभियां जे पहली सीट ते दूसरी सीट टिकटां नहीं सवारियां पुत्र पूरियां ने कोई मसला नहीं ठीक हो गया मैं ओ पर्ची गवाच गई ना कोई मसला ना ਪੱਟੀ ਨੇ ਪਰਚੀ ਗਵਾੜੀ ਜੀ ਮੈਂ ਇੱਥੇ ਲੇਟੀਆਂ ਮਾਰਨੀਆਂ ਸੀ ਸੀਟ ਪਰਚੀ ਲੱਭੀ ਸਾਨੂੰ ਤੇ ਪੱਟੀ ਨੇ ਗਵਾੜੀ ਏ ਉਹ ਕਹਿੰਦਾ ਵੀ ਕੋਈ ਮਸਲਾ ਨਹੀਂ ਤੁਸੀਂ ਬਹਿ ਕੇ ਜਾਓ ਪੱਟੀ ਫੇਰ ਵੀ ਕਿੱਥੇ ਗਵਾਚੀ ਹੈ ਪਤਾ ਨਹੀਂ ਯਾਰ ਮੈਨੂੰ ਲੱਗਦਾ ਸਾਥ ਤਸਵੀਰ ਬਣਾ ਰਿਹਾ ਸੀ ਸ਼ਾਇਦ ਉਹ ਨਾਲ ਹੈ ਉਹ ਕਹਿ ਰਿਹਾ ਨਹੀਂ ਨਹੀਂ ਕਹਿ ਰਿਹਾ ਸੀ ਮੈਂ ਟਿਕਟ ਨੰਬਰ ਚੈੱਕ ਕਰਕੇ ਦੱਸਣਾ ਸੀਟ ਨੰਬਰ ਕਿੰਨਾ ਉਹ ਟਿਕਟ ਲੈ ਆ ਗਿਆ ਜੀ ਅੱਜ ਚਲੋ ਕਹਿੰਦੇ ਨੇ ਕੋਈ ਮਸਲਾ ਨਹੀਂ ਤੁਸੀਂ ਜਾਓ ਬੈਠੋ ਆਪਣੀ ਜਗ੍ਹਾ ਤੇ ਕੁਝ ਨਹੀਂ ਹੁੰਦਾ ਤੇ ਹੁਣ ਸਫ਼ਰ ਸਟਾਰਟ ਹੋਣ ਲੱਗਾ ਜੀ ਬਾਏ ਬਾਏ ਬਹਾਵਲਪੁਰ छे बज के दो मिनट हो गए जे ढाई तकरीबन अद्धा सफर होया जे जिन्ना किता ही उन्ना होर रहिंदा जिन्ना रश ना मैनूं लगदा सुबह ईद हो जाणी है तां वास्ते इन्ना रश रश ट्रैक करो किन्ना जे ਦਾ ਇਹਨਾਂ ਦੇ ਦੋ ਦਾ ਹੋ ਗਿਆ।
ਫੋਟਾ ਬਸ ਪਹੁੰਚ ਗਏ ਜੇ ਹੁਣ ਫੋਟਾ ਬਸ ਜਾਣਾ ਜੇ ਬਾਈ ਸੁਫਿਆਨ ਦਾ ਘਰ ਤੇ ਫਿਰ ਉੱਥੇ ਜਾਵਾਂਗੇ ਨਾਨੀ ਜੀ ਉਹਨਾਂ ਦੇ ਕੋਲ ਬਾਈ ਸੁਫਿਆਨ ਹੁਣ ਬਸ ਕਿਥੋਂ ਲੱਭੇਗੀ ਤੁਹਾਡੇ ਕੋਲ ਜਾਣ ਦਾ ਚਲੋ ਚਲੋ ਵੀ ਹੁਣ ਫਿਰ ਬੱਸ 'ਚ ਬਹੀਏ ਤਕਰੀਬਨ 3-4 ਘੰਟੇ ਬੈਠੇ ਬੱਸ 'ਚ ਫਿਰ ਉੱਤਰ ਕੇ ਫਿਰ ਬੱਸ 'ਚ ਬਹਿਣ ਲੱਗੇ ਫੋਟਾ ਬਸ ਪਹੁੰਚ ਗਏ ਅਤੇ ਇੱਥੇ ਆਣ ਕੇ ਇੱਕ ਪ੍ਰੋਬਲਮ ਹੋ ਗਈ ਜੀ ਬਾਈ ਜਿੰਨੀਆਂ ਵੀ ਬੱਸਾਂ ਸਾਰੀਆਂ ਖਲੋਤੀਆਂ ਨਾ 8:30 ਵਜੇ ਤੋਂ ਪਹਿਲਾਂ ਕੋਈ ਵੀ ਨਹੀਂ ਜਾਣੀ ਅਤੇ ਟਾਈਮ ਹੋਇਆ ਤਾਂ 7:30 ਵਜੇ ਦਾ ਕਾਲ ਆਈ ਕਿ ਜ਼ਲੀਲ ਹੋ ਕੇ ਆਉਂਦੇ ਹੋ ਦੂਸਰੀ ਬੱਸ 'ਚ ਬਹਿ ਜਾਣਾ ਸੀ ਫੋਟਾ ਬਸ ਖਲੋਤਿਆਂ ਨੂੰ ਤਕਰੀਬਨ ਹੁਣ ਅੱਧਾ ਘੰਟਾ ਹੋ ਗਿਆ ਅਤੇ ਅਜੇ ਤੱਕ ਬੱਸ ਨਹੀਂ ਲੱਭਣ ਦੀ ਬਸ ਸੁਫਿਆਨ ਕੁਛ ਕਰੋ ਬੱਸ ਦਾ ਭੁੱਖ ਲੱਗ ਗਈ ਹੈ ਮੈਂ ਕੀ ਕਰਾਂ ਹੁਣ ਇਹਨਾਂ ਦਾ ਮਿਹਨਤ ਤਾਂ ਮੈਂ ਕਰਨਾ ਟਾਇਰਾਂ ਤੇ ਦੰਦੀਆਂ ਵੱਢਣੀਆਂ ਸ਼ੁਰੂ ਕਰਦੇ ਅਫਤਾਰੀ ਵੀ ਅਸੀਂ ਘੱਟ ਵਾਧੀ ਕੀਤੀ ਹੈ ਘਰ ਦੇ ਨੂੰ ਆਖਿਆ ਰੋਟੀ ਪਕਾਓ ਅਸੀਂ ਆਉਂਦੇ ਹਾਂ ਆਈ ਆਈ ਬਸ ਆਈ ਆਈ ਬਸ ਇੱਥੇ ਆ ਟਾਈਮ ਹੋ ਗਿਆ ਜੀ 8 ਵਜੇ ਦਾ ਅਤੇ ਤਕਰੀਬਨ 8:30 ਵਜੇ ਬੱਸ ਨਿਕਲਣੀ ਹੈ ਅਸੀਂ ਫਿਰ ਤੁਰ ਕੇ ਬੱਸ ਲੱਭੀ ਹੈ ਪਰ ਸਾਨੂੰ ਕਿਤੇ ਵੀ ਬੱਸ ਨਹੀਂ ਲੱਭੀ ਜਿਹਨੇ 8:30 ਵਜੇ ਤੋਂ ਪਹਿਲਾਂ ਜਾਣਾ ਸਾਰੀਆਂ 8:30 ਵਜੇ ਨਿਕਲਣੀ ਹੈ ਅਤੇ ਹੁਣ 8:30 ਵਜੇ ਤੱਕ ਸਾਨੂੰ ਖਲੋਣਾ ਹੀ ਪੈਣਾ ਘਟੀ ਜ਼ਲੀਲ ਕਰਵਾਉਣ ਦਿਆਂ ਮੈਨੂੰ ਤੂੰ ਕਰਾਉਣ ਦਿਆਂ ਮੈਨੂੰ ਮੈਂ ਕਿਵੇਂ ਕਰਾਉਣ ਦਿਆਂ ਤੁਹਾਡਾ ਸ਼ਹਿਰ ਹੈ ਨਾ ਮੈਂ ਤੇਰੇ ਨਾਲ ਗਿਆ ਹੁੰਦਾ ਨਾ ਜ਼ਲੀਲ ਹੁੰਦਾ ਘਟੀ ਜਿਹੜੀ 8:30 ਵਜੇ ਜਾਣੀ ਬੱਸ ਵਿੱਚ ਜਾ ਕੇ ਬਹਿ ਜਾਂਦੀ ਉਹਦੇ 'ਤੇ ਜਾਣਾ ਪੈਣਾ ਯਾਰ ਬੱਸ ਦੇ ਵਿੱਚ ਬਹਿ ਗਏ ਜੇ ਤੇ ਬੱਸ 8:40 ਤੁਰਨੀ ਜੇ ਹਜੇ 8:15 ਹੋਏ ਨੇ ਹਜੇ 20-25 ਮਿੰਟ ਹੋਰ ਬਹਿਣਾ ਪੈਣਾ ਬੱਸ ਨੇ 5-10 ਵਜੇ ਅੱਧਾ ਘੰਟਾ ਲਾਣਾ ਹੈ ਤੇ ਤਕਰੀਬਨ 9-10 ਵਜ ਜਾਣੇ ਜਾਣੇ ਰਹਿੰਦੇ ਘਰ ਤੇ ਬਾਈ ਸੁਫਿਆਨ ਹੁਣ ਆਪਣੇ ਘਰ ਜਾਣਾ ਜੇ ਅਤੇ ਮੈਨੂੰ ਮਾਮੂ ਜੀ ਉਹਦੇ ਕਾਲ ਆਈ ਕਿ ਤੂੰ ਖਿੱਚੀ ਵਾਲੇ ਉਤਰ ਜਾਈ ਅਤੇ ਮੈਂ ਤੈਨੂੰ ਆਣ ਕੇ ਲੈ ਜਾਵਾਂਗਾ ਮੈਂ ਖਿੱਚੀ ਵਾਲੇ ਉਤਰ ਜਾਣਾ ਜੇ ਬਾਈ ਸੁਫਿਆਨ ਹੁਣ ਇਕੱਲਿਆਂ ਜਾਣਾ ਜੇ ਅੱਗੇ ਤੁਹਾਡਾ ਸਫ਼ਰ ਹੀ ਤਾਂ ਆਸਾਨ ਕਰੇ ਹੁਣੇ ਵੱਖਰੇ ਚੱਲੇ ਹੋ ਹੁਣ ਤੁਹਾਨੂੰ ਖਿੱਚੀ ਵਾਲੇ ਜਾ ਕੇ ਮਿਲਾਂਗੇ ਖਿੱਚੀ ਵਾਲੇ ਜਾਂਦੇ ਜਾਂਦੇ ਵੀ ਅੱਧਾ ਘੰਟਾ ਲੱਗ ਜਾਣਾ ਬਾਈ ਮੇਰਾ ਸਿਰ ਪੀਰ ਕਰਨ ਲੱਗ ਪਿਆ ਤੋੜੀ ਪੈਣ ਲੱਗੀ ਜੇ ਵੀ ਬੱਸ ਟਾਈਮ ਆਇਓ ਟਾਈਮ ਕੀ ਆ ਟਾਈਮ ਦੱਸੋ ਚੰਨ ਨਜ਼ਰ ਆ ਗਿਆ ਸਫਾਈ ਤੋਂ ਹੈਗੀ ਤੁਸੀਂ ਨਹੀਂ ਚੰਨ ਗ੍ਰਹਿਣ ਨਹੀਂ ਚੰਨ ਸੁਬਾਹ ਲੱਗਦਾ ਈਦ ਹੋ ਗਈ ਜੀ ਪੱਕੀ ਗੱਲ ਹੈ ਨਾ ਹਾਂਜੀ ਜੀ ਤੁਹਾਨੂੰ ਕਿਹਨੇ ਦੱਸਿਆ ਐਲਾਨ ਵੀ ਹੋ ਗਏ ਨੇ ਮਸਜਿਦਾਂ 'ਚ ਅਤੇ ਉਸ ਤੋਂ ਇਲਾਵਾ ਵੀ ਮੈਂ ਖਬਰ ਦੇਖ ਕੇ ਆਇਆ ਹਾਂ ਚੰਨ ਜ਼ਰਾ ਆ ਗਿਆ ਚਲੋ ਵੀ ਸੁਬਾਹ ਈਦ ਹੋਏਗੀ ਟਾਈਮ ਹੋ ਗਿਆ 9 ਵਜੇ ਦਾ ਹੁਣ ਬਸ ਤੁਰੀ ਜੀ ਕਹਿੰਦੇ ਪਏ 8:30 ਵਜੇ ਤੁਰਨੀ ਹੈ ਪਰ ਅੱਧਾ ਘੰਟਾ ਲੇਟ ਤੁਰੀ ਹੈ ਚਲੋ ਹੁਣ ਤੁਰ ਪਈ ਹੁਣ ਅੱਧੇ ਘੰਟੇ 'ਚ ਪਹੁੰਚ ਜਾਂਗੇ 9:30 ਵਜੇ ਜਾਂਦੇ ਰਹਿੰਦੇ ਯਾਰ ਬੱਸ ਵਾਲਿਆਂ ਦੀ ਲੇਟ ਕਰ ਛੱਡਿਆ ਜੇ ਸਾਨੂੰ 8 ਵਜੇ ਦਾ ਬਿਠਾਇਆ ਕਹਿੰਦੇ ਨੇ ਅਤੇ 8:30 ਵਜੇ ਗੱਡੀ ਤੁਰ ਪੈਣੀ ਟਾਈਮ ਹੋ ਗਿਆ 9:11 ਹੈ ਜਿਹਦੇ ਅਸੀਂ ਫੋਟਾ ਬੱਸ 'ਚ ਆ ਚੈੱਕ ਕਰੋ ਆਈ ਲਵ ਫੋਟਾ ਬੱਸ 'ਤੇ ਆ ਖਲੋਤੀ ਬੱਸ ਅਤੇ ਹੁਣ ਅਸੀਂ ਬੱਸ ਥੱਲੇ ਤੁਰ ਗਏ ਅਸੀਂ ਆਖਿਆ ਅਸੀਂ ਨਿਊਜ਼ 'ਚ ਜਾਣਾ ਤਕਰੀਬਨ ਘੰਟਾ ਡੇਢ ਹੋ ਗਿਆ ਜੇ ਵੀ ਇੱਥੇ ਖਲੋਤੀ ਹੁਣ ਫਿਰ ਕੀ ਕਰਨਾ ਬਾਈ ਸੁਫਿਆਨ ਹੁਣ ਕੀ ਕਰਨਾ ਗੱਡੀ ਦਾ ਇੰਤਜ਼ਾਰ ਕਰਨਾ ਆਹ ਬੱਸ ਨੇ ਚੰਗਾ ਦਲੀਲ ਕਰਾਇਆ ਸਹੀ ਗੱਲ 8:30 ਦਾ ਆ ਕੇ ਹਜੇ ਤੱਕ ਇੱਥੇ ਖੜੀ ਉੱਤੋਂ 9:30 ਹੋ ਗਏ ਅਸੀਂ 8 ਵਜੇ ਦੇ ਬੈਠੇ ਹਾਂ ਬੱਸ ਦੇ ਵਿੱਚ ਤਕਰੀਬਨ ਘੰਟਾ ਹੋ ਗਿਆ ਤਾਂ ਅਜੇ ਤੱਕ ਨਹੀਂ ਤੁਰੀ ਤੂੰ ਇੱਦਾਂ ਚਾਂਦ ਨਗਰ ਆ ਗਿਆ ਜਿੱਦਾਂ ਦੀ ਘਰ ਜਾਈਏ ਜਾ ਕੇ ਤਿਆਰੀ ਕਰੀਏ ਸੁਬਾਹ ਇੱਜ ਕਰਨੀ ਹੈ ਫਿਰ ਉਹ ਕੁਛ ਯਾਰ ਘਰ ਜਦੋਂ ਕਾਲਾਂ ਦੇ ਕਾਲਾਂ ਕਰੀ ਜਾਂਦੇ ਨੇ ਆਓ ਸੁਬਾਹ ਦੇ ਸੁਬਾਹ ਦੇ ਅਤੇ ਇੱਧਰ ਸਾਡੀ ਟਿੱਡੀ ਪਾਪਾ ਹੋਈ ਪਈ ਹੈ ਅੱਡੇ 'ਚ ਸਾਨੂੰ ਬੱਸ ਲੱਭ ਵੀ ਜਾਣੀ ਉੱਥੋਂ ਲੈ ਆਏ ਨੇ ਇੱਥੇ ਅੱਗੇ ਲਿਆ ਖਿਲਾ ਛੱਡ ਡਿਓੜੇ 'ਚ ਜਗ੍ਹਾ ਲੱਭ ਗਈ ਜੀ ਹੁਣ ਡਿਓੜੇ 'ਚ ਜਾਂਦੇ ਜੀ ਅੱਲਾ ਦਾ ਸ਼ੁਕਰ ਹੈ ਕਿਤੇ ਪਹੁੰਚ ਗਏ ਜੇ ਖਿੱਚੀ ਵਾਲੇ ਮਾਮੂ ਖਾਨ ਹੁਣ ਕਾਲ ਕਰਦੇ ਫਿਰ ਮਾਮੂ ਖਾਨ ਹੋਣੀ ਆ ਗਏ ਨੇ ਅੱਗੇ ਖਲੋਤੇ ਨੇ ਕਿਤੇ ਅਤੇ ਉਹਨਾਂ ਦੇ ਨਾਲ ਜਾਵਾਂਗੇ ਜਿੰਨਾ ਕੁ ਦਲੀਲ ਅੱਜ ਬੱਸ ਵਾਲਿਆਂ ਕਰ ਛੜਿਆ ਨਾ ਜੇ ਮੈਂ ਭਾਈ ਸੁਫਿਆਨ ਹੁਣ ਨਾ ਰੋਕਦਾ ਇਹਨਾਂ ਗਾਲਾਂ ਕੱਢਣੀਆਂ ਉਹਨਾਂ ਨੂੰ 8 ਵਜੇ ਦਾ ਬਿਠਾਇਆ 9:30 ਹੋ ਗਏ ਨਾ ਇਹ ਵੀ ਫੋਟਾ ਬੱਸ ਖਲੋਤੇ ਨੇ ਹੁਣ ਮਾਮੂ ਖਾਨ ਹੁਣ ਦੀ ਕਾਲ ਆਉਂਦੀ ਪੂਰਾ ਦਲੀਲ ਕਢਵਾਇਆ ਤੁਸੀਂ ਆਪਣੇ ਸ਼ਹਿਰ 'ਚ ਲਿਆ ਕੇ ਮੈਨੂੰ ਵੀ ਤੇ ਆਪਣੇ ਆਪ ਨੂੰ ਉਹਨਾਂ ਗ੍ਰਹਿ ਵੀ ਹੁਣ ਹੁੰਦੇ ਨਹੀਂ ਫਿਰ ਤੁਹਾਡੇ ਮਗਰੂ ਮਹਾਂਦੀ ਹੋ ਬਸ ਆ ਜਾ ਵੀ ਮਾਮੂ ਜੀ ਖਾਨ ਹੋਣੀ ਬਸ ਆ ਹੀ ਨਹੀਂ ਸੀ ਆਹੀ ਬਸ ਬੜਾ ਦਲੀਲ ਕਰਵਾਇਆ ਬਸ ਨੇ ਸਾਨੂੰ 8 ਵਜੇ ਦਾ ਬਿਠਾਇਆ ਵਿੱਚ ਮੇਰਾ ਨਾਂ ਨਹੀਂ ਲਿਆ ਹੋਣਾ ਯਾਰ ਨਾ ਉੱਥੇ ਆਪਣਾ ਭੁੱਲ ਗਿਆ ਇਹਨੂੰ ਯਾਰ ਛੱਡਿਆ 8 ਵਜੇ ਦਾ ਬੱਸ ਬਿਠਾਇਆ 9:30 ਵਜੇ ਵੀ ਫੋਟਾ ਬਾਸ ਸੀ ਤੁਸੀਂ ਮੇਰਾ ਦੱਸ ਦਿਓ 15 ਮਿੰਟ ਦੇ ਇੱਥੇ ਤੁਹਾਨੂੰ ਪਤਾ ਹੀ ਨਹੀਂ ਕਿ ਮਾਮੂ ਦਾ ਨਾਮ ਹੀ ਚੱਲਦਾ ਯਾਰ ਕਿਹੋ ਜੀ ਗੱਲ ਕਰਨਾ ਮੇਰੇ ਇਲਾਕੇ ਜਾਣ ਕੇ ਤੂੰ ਇੰਨਾ ਲੇਟ ਹੁੰਦਾ ਫਿਰ ਨਾ ਕੁਝ ਇੰਨਾ ਦਲੀਲ ਕਰਵਾਇਆ ਮੈਨੂੰ ਚਲੋ ਠੀਕ ਹੈ ਯਾਰ ਲੇਟ ਕਿਉਂ ਹੋ ਗਏ ਯਾਰ
ਬਸ ਦੀ ਵਜ੍ਹਾ ਤੋਂ ਨਹੀਂ ਰਹੇ ਜਿਹੜੇ 7 ਵਜੇ ਦੇ ਆਣ ਕੇ ਫੋਟਾ ਬਸ ਖਲੋਤੇ ਆ ਯਾਰ ਮਰਜ਼ੀ ਹੈ ਦਿਹਾੜੀ ਸਾਡੀ ਤੁਸੀਂ 7 ਵਜੇ ਤੇ ਫੋਟਾ ਪਾ ਮੈਂ 7 ਵਜੇ ਦਾ ਖਿੱਚੀ ਵਾਲੇ ਆਣ ਕੇ ਬੈਠਾ ਤਕਰੀਬਨ ਅੱਧੇ ਘੰਟੇ ਦਾ ਰਾਹ ਹੈ ਤੇ 3 ਤੋਂ 4 ਘੰਟੇ ਸੀ ਉੱਥੇ ਬੈਠੇ ਰਹੇ ਆ ਫੋਟਾ ਬਸ ਮੈਂ ਉਹੀ ਜਾਂਦਾ ਹਾਂ ਪਰ ਲਾਹੌਰ ਨੂੰ ਚੁਰ ਗਏ ਨੇ ਚੱਲੀਏ ਵੀ ਘਰ ਨੂੰ ਮਮੂ ਜੀ ਆ ਕਿ ਦੀ ਮੋਟਰਸਾਈਕਲ ਲੈਂਦੀ ਜੀ ਇਹ ਆਪਣੀ ਨਵੀਂ ਲਈਏ ਪਰ ਯਾਰਾ ਬੇਲੀਆਂ ਦੀ ਆਪਣੀਆਂ ਹੀ ਹੁੰਦੀਆਂ ਨੇ ਚਲੋ ਫਿਰ ਜਾਣ ਦੋ ਨਾਨੀ ਜੀ ਉਹਦੇ ਘਰ ਪਹੁੰਚ ਗਏ ਜੀ ਤੇ ਹੁਣ ਰੈਸਟ ਕਰੀਏ ਹੁਣ ਤੁਹਾਨੂੰ ਸਵੇਰ ਮਿਲਾਂਗੇ ਇਦਲ ਦਿਨ ਤੇ ਫਿਰ ਸਵੇਰ ਮੰਗਦੇ ਬਹੁਤ ਜ਼ਿਆਦਾ ਮੁੰਡਾ ਥੱਕ ਗਿਆ ਮੈਂ ਮਾਲਸ਼ੀ ਸਾਧਨਾ ਇਹਦੇ ਵਾਸਤੇ ਲੱਤਾਂ ਲੁੱਤਾਂ ਘਟਾਣਾ ਮੁੰਡੇ ਦੀਆਂ ਹਾਂਜੀ ਵਾਸਤੇ ਸਫ਼ਰ ਕੀਤਾ ਹੈ ਸਵੇਰ ਫਿਰ ਤੁਹਾਨੂੰ ਇਹ ਚ ਮਿਲਾਂਗੇ ਨਵੇਂ ਸੂਟ ਪਾ ਕੇ